ਪਟਾਕੇ ਕੁੜੀਓ ਸਿਰਾ 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 ਹਾਂਜੀ, ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਸਵਾਗਤ ਹੈ ਫਿਰ ਤੁਹਾਨੂੰ ਲੋੜ ਵਿੱਚ, ਅਤੇ ਨਾਲ ਸਾਡੇ ਜੋੜ ਚੁੱਕੇ ਨੇ ਇਸ ਟਾਈਮ ਸ਼ਿਵਮ ਜੀ, ਅਤੇ ਆਪਾਂ ਜਾਣਾ ਬਈ ਕੀ ਕਹਿੰਦੇ ਬਾਬਾ ਫਰੀਦ ਦੀ ਤਾਰੀ ਸਾਨੂੰ ਦੱਸੀ ਹੈ, ਜਦੋਂ ਤੱਕ ਹੋ ਰਹੀ ਹੈ ਆਪਣੇ ਨਾਲ ਦੀਆਂ ਤਾਂ ਦੋ ਖੜੀਆਂ ਨੇ, ਅਤੇ ਹੁਣ ਬਸ ਬਾਬਾ ਫਰੀਦ ਜਾਵਾਂਗੇ ਘਰੇ। ਮੈਨੂੰ ਬਲੋਗ ਸ਼ੁਰੂ ਕਰਨ ਦਾ ਟਾਈਮ ਨਹੀਂ ਲੱਗਾ ਕਿ ਹਾਂ ਵੀ ਡਾਕੂਮੈਂਟ ਵਗੈਰਾ ਨਹੀਂ ਮਿਲਦੇ ਪਏ ਸੀ, ਟਾਈਮ ਨਹੀਂ ਲੱਗਾ, ਉਲਝੇ ਪਏ ਸੀ। ਹੁਣ ਜੁੜ ਚੁੱਕੇ ਨੇ, ਕਾਰ ਨਾਲ ਜੁੜ ਗਈ ਹੈ, ਕੀ ਹਾਲ ਹੈ? ਠੀਕ ਹੈ, ਅਤੇ ਬਸ ਹੁਣ ਆਪਾਂ ਜਾਣਦੇ ਹਾਂ 6 ਦੀ 6 ਦੀ ਮਿਲਦੇ ਹਾਂ ਤੁਹਾਨੂੰ ਅੱਗੇ। You said I'd fly away, but my walls have kept me down. Now I'm lost and I'm ਵੈਲਕਮ ਟੂ ਬਾਬਾ ਫਰੀਦ ਕੋਲੇਜ। ਮੈਂ ਹੈਗਾ ਭਾਅ ਜੀ, ਸਿਰਾ ਕੰਮ ਹੈ ਬੈਂਗਲ ਬਣਾਉਣ ਲਾ ਛੱਡੇ ਨੇ ਜਨਤਾ ਨੇ ਕਿ ਹਾਂ ਬਈ ਮਤਲਬ ਪਲੇਸਮੈਂਟ ਵਾਲਾ ਸਿਸਟਮ ਜਾ, ਅਤੇ ਕਹਿ ਰਹੇ ਬਸ ਜਾਣੇ ਅੱਗੇ। ਕਿਆ ਬਾਤ ਹੈ, ਪਹੁੰਚ ਗਏ ਬਾਬਾ ਫਰੀਦ, ਕੁੰਮੂ ਲਗਾਉਂਦੀ ਹੈ, ਠੀਕ, ਕੋਈ ਗੱਲ ਨਹੀਂ, ਲਗੋਲਾ ਬਾਈ। ਮੈਂ ਕਿਹਾ ਰੌਣਕ ਮੇਲਾ ਪੂਰਾ ਹੈ, ਕੰਮ ਸੈੱਟ ਹੈ, ਹਾਲੇ ਦੇਖਦੇ ਹਾਂ ਕਿੱਥੇ ਜਾਣਾ, ਸਾਨੂੰ ਕੁਛ ਨਹੀਂ ਪਤਾ ਇੱਥੇ ਆ ਕੇ, ਇੱਥੇ ਸਾਨੂੰ ਕੁਛ ਨਹੀਂ ਪਤਾ ਹਾਂ ਵੀ ਕਿੱਥੇ ਜਾਣਾ, ਕਿਵੇਂ ਜਾਣਾ, ਬਹਿਣਾ ਹੀ ਮੈਂ ਦੇਖੀ ਜਾਂਦੇ ਰੁਲੀਆਂ ਪਈਆਂ, ਜਾਣਾ ਕਿੱਧਰ ਹੈ, ਬੋਲ ਕੀ ਬੋਲਦੀਆਂ। ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਟ ਕਿੱਦਾਂ ਲੱਗ ਰਿਹਾ ਬਾਈ? ਕੁਛ ਪਤਾ ਹੀ ਨਹੀਂ ਜਾਣਾ ਕਿੱਥੇ, ਇਹ ਯੂਨੀਵਰਸਿਟੀ ਹੈ, ਇਹੀ ਤਾਂ ਪ੍ਰਭਾ ਲਾਇਬ੍ਰੇਰੀ ਲੈ ਲੈ ਕੇ ਆ, ਇਹ ਕੀ ਹੈ ਯਾਰ, ਇਹ ਇੱਛਾ ਕਿ ਲਾਇਬ੍ਰੇਰੀ ਸੋਚਦੀ ਹੈ ਇਹਨੂੰ, ਤੂੰ ਰੌਣਕ ਮੈਂ ਲਵੇਖ, ਕੁਛ ਚਾਹੀਦੀ ਚੀਜ਼ਾਂ ਵੇਖ, ਤੂੰ ਬਸ ਕੰਟੀਨ ਵੇਖ ਹੋ ਰਹੀ, ਮੈਂ ਤਾਂ ਬਣੀ ਕੰਟੀਨ 'ਚ ਹੁੰਦਾ, ਪਰ ਇੱਥੇ ਨਹੀਂ ਬਹਿਣਾ, ਮੈਂ ਇੱਥੇ ਪਹੁੰਚ ਦੇਗਾ, ਮੇਰੇ ਕੋਲ ਟਿਕਟ ਨਹੀਂ ਹੈਗੀ। ਟਿਕਟ ਵਾਲੇ ਬੰਦੇ ਨੂੰ ਫੋਨ ਲਾਇਆ ਬਾਬਾ ਫਰੀਦ ਵਾਲੇ ਬੰਦੇ ਨੂੰ ਕਿ ਹਾਂ ਵੀ ਟਿਕਟ ਦੇ ਕੇ ਜਾਓ, ਉਹ ਵੀ ਇੱਥੇ ਆਈ ਜਾਂਦਾ, ਉਹਨਾਂ ਤੋਂ ਟਿਕਟ ਫੜਦੇ ਹਾਂ, ਫਿਰ ਅੱਗੇ ਨੂੰ ਤੁਰਦੇ ਹਾਂ, ਸਾਨੂੰ ਕੁਛ ਨਹੀਂ ਪਤਾ ਕਿੱਧਰ ਜਾਣਾ ਕਿੱਧਰ ਨਹੀਂ, ਰੁਲੇ ਪਏ ਹਾਂ ਇੱਕ ਵਾਰੀ ਤਾਂ, ਟਿਕਟ ਵਾਲਾ ਬੰਦਾ ਵੀ ਆ ਗਿਆ ਆਪਣੇ ਕੋਲ। ਵਲੋਗ ਬਣ ਰਿਹਾ ਬਾਈ, ਕੋਈ ਬਾਤ ਨਹੀਂ, ਵਲੋਗ ਬਣ ਰਿਹਾ ਕੋਈ ਬਾਤ ਤਾਂ ਨਹੀਂ ਨਾ, ਵਲੋਗ ਬਣ ਰਿਹਾ ਮੈਂ ਕੋਈ ਬਾਤ ਨਹੀਂ ਨਾ, ਕੋਈ ਬਾਤ ਨਹੀਂ। ਹੋਰ ਬਾਬ ਠੀਕ ਹੋ ਸਰ? ਵਧੀਆ ਵਧੀਆ ਸਰ, ਠੀਕ ਹੈ ਸਰ, ਅੱਛਾ ਹੈ। ਯਹਾਂ ਪੇ ਸਿਸਟਮ ਨਹੀਂ ਸਮਝ ਲੱਗ ਰਿਹਾ ਹਮਾਰੇ ਕੋ, ਬਹੁਤ ਤਗੜੇ ਲੈਵਲ ਕਾ ਆਪਕਾ ਕਾਲਜ ਯਾਰ, ਯੇ ਯੂਨੀਵਰਸਿਟੀ ਹੈ ਕਾਲਜ ਹੋਇਆ ਤਾਂ ਪਹਿਲੇ ਇਹ ਬਤਾਓ ਮੇਰੇ ਕੋ ਯਾਰ, ਯੇ ਹੈ ਕਾਲਜ ਇੰਸਟੀਟਿਊਸ਼ਨ ਹੈ। ਮੇਰੀ ਟਿਕਟ ਟੂਟ ਲੈਣ ਦੀ, ਹੁਣ ਟਿਕਟ ਲਈਏ, ਆ ਬਾਈ ਦੀ ਹੈਲਪ ਕਰੀ ਜਾਂਦਾ ਆਪਣੀ ਨਾਲ ਦੱਸੀ ਜਾਂਦਾ ਆਪਾਂ ਨੂੰ, ਲਿਆ ਬਾਈ ਟਿਕਟ ਦੇ, ਟਿਕਟ ਆਪਾਂ ਨੂੰ ਕੋਲ ਮਿਲ ਗਈ ਹੈ, ਥੈਂਕਸ ਅਲੋਟ ਮੈਨ, ਅਭੀ 3 ਦਿਨ ਭਰਾਵਾ ਕੰਮ ਕਰਾ ਤਾ ਆਪਣਾ, ਪਰ ਟਿਕਟ ਮਿਲ ਗਈ ਇੱਧਰ ਨਾ, ਮਤਲਬ ਟੋਕਨ ਟੋਕਨ ਲੈਣੇ ਇੱਥੇ ਆ ਕੇ, ਹੁਣ ਟੋਕਨ ਲੈਂਦੇ ਹਾਂ, ਇੱਡਾ ਵੱਡਾ ਕਾਲਜ, ਉੱਡਾ ਵੱਡਾ ਦਿਮਾਗ, ਸਪੈਲਿੰਗ ਵੀ ਗਲਤ ਲੈ ਕੇ ਛੱਡੇ ਨੇ, ਮੈਂ ਲਿਖਿਆ ਸੀ ਰੋਡੀਸ 'ਚ, ਮੇਰਾ ਨਾਮ ਵੀ ਲਿਆ ਅਤੇ ਕੋਰਪੋਰੇਟ ਫੈਸ਼ਨ ਸ਼ੋਅ 'ਚ ਲਿਖ ਛੱਡਿਆ, ਉਹ ਲੈ ਸਹੀ ਹੋ ਜੀ, ਕੀ ਹਾਲ ਹੈ, ਠੀਕ ਹੋ? ਬਾਬਾ ਲੱਗਿਆ ਤਾਂ 5 ਮਿੰਟ ਲੱਗਣਗੇ, ਅਤੇ ਕੁੜੀਆਂ ਤਾਂ ਬਦਲਣ ਗਈਆਂ ਕੱਪੜੇ, ਆਪਾਂ ਥੋੜ੍ਹਾ ਜਿਹਾ ਅੰਦਰ ਮਾਹੌਲ ਵੇਖੀ ਤਾਂ ਡੀ ਜੇ ਵਗੈਰਾ ਚੱਲੀ ਜਾਂਦਾ, ਮੈਨੂੰ ਪਤਾ ਨਿੱਕੀ ਸਿਸਟਮ ਹੈ, ਜਾ ਕੇ ਵੇਖੀ ਅੰਦਰ, ਤਗੜਾ ਲੈਵਲ ਲੱਗੀ ਜਾਂਦਾ, ਕਿਉਂਕਿ ਬਾਬਾ ਫਰੀਦ ਮੈਂ ਕਿਹਾ ਤਗੜਾ ਲੈਵਲ ਆਪੇ ਹੀ ਹੈ, ਤਿਆਰ ਹੋ ਜਾਂਦੇ ਕੰਮ ਚੱਲੀ ਜਾਂਦਾ, ਹਾਲੇ ਕੁਛ ਨਹੀਂ ਹੈਗਾ ਇੱਥੇ, ਮੈਂ ਵੇਖੀ ਜਾਂਦਾ, ਠੀਕ ਹੈ, ਹਾਲੇ ਮੋਲ ਬਣਿਆ ਨਹੀਂ ਗਾ, ਆਪ ਵੀ ਆਵਾਂਗੇ ਬਾਅਦ 'ਚ, ਮੁਸ਼ਕਤ ਨਾਲ ਟਿਕਟਾਂ ਮਿਲ ਤਾਂ ਗਈਆਂ, ਤਾਂ ਪੌਣਾ ਘੰਟਾ ਲਾਈਨ 'ਚ ਖੜ੍ਹੇ ਰਹੇ ਸੀਗੇ, ਹਾਲੇ ਵੀ 2 ਜਣਾਂ ਦੀ ਟਿਕਟ ਰਹਿ ਗਈ ਕਿ ਹਾਂ ਵੀ ਕਾਊਂਟਰ ਹੀ ਬੰਦ ਕਰਤਾ ਉਹਨਾਂ ਨੇ, ਕਿ ਟਿਕਟ ਦੇਣੀ ਨਹੀਂ, ਹੁਣ ਮੇਰੀ ਤਾਂ ਗਰੀਨਾਂ ਦੀ ਟਿਕਟ ਮਿਲ ਗਈ ਹੈ, ਉਹ ਆਉਂਦੀ ਵੀ ਉਹਦਾ ਫੈਸ਼ਨ ਸ਼ੋਅ ਵਾਲੇ ਆ ਗਈ ਹੈ, ਚੱਲ ਉਹ ਤੋਂ ਲੈ ਕੇ ਜਾਏਗੀ, ਚਲੋ ਬਾਈ ਬਾਈ। ਹੁਣ ਪਹੁੰਚ ਰਹੇ ਹਾਂ ਡਰੈਸਿੰਗ ਰੂਮ 'ਚ, ਇਹ ਕਰ ਰਹੀਆਂ ਨੇ ਆਪਦਾ ਕੰਮ ਕੁੰਮ, ਚੱਲਦੀਆਂ ਪਈਆਂ ਨੇ, ਅਤੇ ਬਸ ਹੁਣ ਇਸ ਤੋਂ ਬਾਅਦ ਬਾਹਰ ਜਾਵਾਂਗੇ, ਆ ਨੰਬਰ ਮਿਲ ਗਿਆ ਆਪਾਂ ਨੂੰ 49, ਅਤੇ ਦੇਖਦੇ ਹਾਂ ਵੀ ਕੀ ਸੀਰੀਜ਼ ਹੈ, ਕੀ ਹਿਸਾਬ ਕਿਤਾਬ, ਅੰਦਰ ਜਾ ਕੇ ਪਤਾ ਲੱਗੂਗਾ, ਉੱਥੇ ਜਾ ਕੇ ਚੁੱਪ ਕਰ ਜਾ ਕਰ, ਇਸ਼ਾਰੇ ਜਿਹਾ ਨਾ ਕਰ, ਬੋਲ ਕੀ ਬੋਲਦੀ ਹੈ, ਬਸ ਹੁਣ ਜਾਂਦੇ ਹਾਂ, ਦੇਖਦੇ ਹਾਂ ਕੀ ਹਿਸਾਬ ਕਿਤਾਬ ਬੰਦਾ ਕੀ। ਮੈਂ ਹੂੰ ਇਹ ਮੇਰੀ ਵੇਟਰਸ ਹੈ, ਪੂਰੀ ਡਰੈਸ ਆਫ ਵੇਟਰਾਂ ਵਾਲੀ ਪਈ ਹੈ, ਕਹਿੰਦੀ ਹੁਣ ਜਾਂਦੇ ਹਾਂ, ਦੇਖਦੇ ਹਾਂ ਕਿ ਹਾਂ ਵੀ ਉੱਥੇ ਨਾ ਕਹਿ ਦੇਣ, ਹਾਂ ਵੀ ਲਿਆਓ ਸਮੋਸੇ ਇਹਨਾਂ ਨੂੰ। ਰੋਟੀ ਪਾਣੀ ਲਈ ਟਾਈਮ ਹੋ ਗਿਆ, ਰੋਟੀ ਪਾਣੀ ਖਾਈ, ਮੈਂ ਵੀ ਡੱਬਾ ਕੱਢ ਲਵਾਂ, ਇਹ ਵੀ ਡੱਬਾ ਕਰ, ਇਹ ਵੀ ਡੱਬਾ ਕੱਢ ਲਈਏ, ਯਾਰ ਲਿਬੜ ਗਿਆ ਡੱਬਾ, ਚੱਲ ਤਿਆਰੀ ਚੱਲ ਰਹੀ ਹੈ, ਠੀਕ ਹੈ ਬਈ, ਆਹ ਸੈੱਟ ਓਕੇ ਆ, ਐਂ ਠੀਕ ਹੈ, ਹਾਲੇ ਵੀ ਨਹੀਂ ਟਿੱਕੀ, ਇਹਨੂੰ ਪਤਾ ਕਿ ਹਾਂ ਵੀਡੀਓ ਬਣਾਈ ਨੇ, ਫਿਰ ਵੀ ਟਿੱਕੀ, ਬੇਇੱਜ਼ਤੀ ਕਰਾ ਕੇ ਡੂਗੀ, ਆਹ ਲਾ ਉਹ ਵੀ ਗਾਂ ਲੜ ਗਈ ਹੈ, ਹੁਣ ਇਹ ਰਲ ਗਈ ਇਕੱਲੀ, ਇਹ ਰੋਟੀ ਖਾਣ ਆ ਗਈ ਹੈ, ਉਹ ਹੁਣ ਉਹ ਲੱਗ ਪਈ ਹੈ, ਛੱਡ ਦੇ ਭਰਾਵਾ, ਲੈ ਬਾਈ ਪਹੁੰਚ ਗਏ, ਆਹ ਕੀ ਚੀਜ਼ ਹੈ, ਕੰਮ ਤਗੜਾ ਮੈਂ ਵੇਖੀ ਜਾਂਦਾ,
ਗਿਆ ਪਤਾ ਨਹੀਂ ਬਾਈ ਕੁਝ ਤਾਂ ਪਤਾ ਚੱਲੀ ਜਾਂਦਾ ਮੇਜਰ ਕਿੰਨਾ ਦੀ ਵਾਰੀ ਆਉਣ ਵਾਲੀ ਦੂਸਰੀ ਆਡੀਅੰਸ ਦਾ ਵੇਖਦੇ ਹਾਂ ਹਾਂ ਵੀ ਦੂਸਰੀ ਆਡੀਅੰਸ ਕੀ ਪਾਉਣ ਖੜਦੀ ਹੈ ਯਾਰ ਸਾਡੇ ਵੇਲੇ ਗਾਣੇ ਨਹੀਂ ਲਾਏ ਚੱਕ ਬਈ ਗਾਣੇ ਲਾ ਦੇਣਾ ਕੀ ਪਤਾ ਜੋ ਜੋਸ਼ ਆਇਆ ਥੋੜ੍ਹਾ ਜਿਹਾ ਵੀ ਤਾੜੀਆਂ ਵੀ ਮੰਗ ਕੇ ਮਾਰਨੀ ਪੈਂਦੀਆਂ ਆਏ ਬਈ ਹੁਣ ਇਹਨਾਂ ਦੀ ਆਈਟਮ ਆ ਗਈ ਚਲੋ ਬੇੜਾ ਚਲੋ ਫੈਸ਼ਨ ਸ਼ੋ ਪਹੁੰਚੋ ਤੇ ਨਾਲ ਸਾਰੀ ਨੇ ਚਾਰੇ ਕੁੜੀਆਂ ਪਹੁੰਚ ਫੈਸ਼ਨ ਸ਼ੋ ਲੀਆਂ ਹੁਣ ਆਪਾਂ ਇਕੱਲੇ ਪੈ ਕੇ ਵੀ ਬਣਾਉਣੀ ਉਹਨਾਂ ਦੀ ਪਹੁੰਚੋ ਆ ਬੈਠੀਆਂ ਨੇ ਆਪਣੇ ਤਿੰਨੇ ਮਾਰਾਣੀਆਂ ਟੈਨਸ਼ਨ ਜਾਈ ਗੱਡੀ ਥੋੜ੍ਹੀ ਥੋੜ੍ਹੀ ਗੁੰਨੂ ਟੈਨਸ਼ਨ 'ਚ ਉਹ ਟੈਨਸ਼ਨ 'ਚ ਟੈਨਸ਼ਨ 'ਚ ਲੱਗੀ ਹੁੰਦੀ ਮੈਨੂੰ ਵੀ ਓ ਸਮਾਈਲ ਜੀ ਸਮਾਈਲ ਪਲੀਜ਼ ਲੈ ਬਈ ਗੈਸਟ ਆਈਟਮ ਹੋ ਗਈ ਆ ਜਾ
ਲਾ ਕੇ ਕੁੜੀਓ ਸਿਰਾ 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 ਬਾਈ ਸਿਰਾ ਕਹਿਰ ਹੈ ਕਹਿਰ ਸੱਚੀ ਸੱਚੀ ਬਹੁਤ ਵਧੀਆ ਸੀ ਸੱਚੀ ਮੈਂ ਕਿਹਾ ਕਹਿਰ ਠੀਕ ਹੈ ਆਖ ਲਗਾ ਦੀ ਕੋਈ ਪੱਖਾ ਨਹੀਂ ਲੱਗਾ ਪਰ ਫਿਰ ਵੀ ਗਰਮੀ ਮਹਿਸੂਸ ਹੋਈ ਕੋਈ ਹੋਰ ਬਹੁਤ ਤਕੜਾ ਪਿਆ ਖੜਾ ਕੋਈ ਪੱਖਾ ਨਹੀਂ ਗਾ ਪਰ ਗਰਮੀ ਲੱਗੀ ਜਾਂਦੀ ਹੈ ਇਹਨੂੰ ਲੱਗੀ ਮੈਨੂੰ ਲੱਗੀ ਤੇ ਮੈਂ ਕਿਹਾ ਸਿਰਾ ਕੰਮ ਲੱਗਾ ਤਾ ਨੱਚਾਂ ਤੇ ਜਿਗਰੀ ਬਾਈ ਲਾਈਟ ਚੱਲ ਗਈ ਇੱਕ ਮਿੰਟ ਪਹਿਲਾਂ ਕਿਹਾ ਸੀ ਹਾਂ ਵੀ ਗਰਮੀ ਲੱਗੀ ਸੀ ਲਾਈਟ ਗਈ ਗਰਮੀ ਲੱਗਣੀ ਸ਼ੁਰੂ ਹੁਣ ਪੂਰੀ ਗਰਮੀ ਰੁਮਾਲ ਰੁਮਾਲ ਕੱਢ ਲਏ ਲੋਕਾਂ ਨੇ ਆਵੇ ਉਹ ਆ ਗਏ ਆ ਗਏ ਚੱਲੀ ਇਹਨਾਂ ਵਾਲੇ ਫੰਕਸ਼ਨ ਜਾਂ ਲੋਕ ਮਿਲਦੇ ਵਾਲੇ ਲੋਕ